ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਸਾਂਝੀ ਸਾਰਿਆਂ ਨੂੰ ਵੀਰ ਨੂੰ ਭਰਾ ਨੂੰ ਧੰਨਵਾਦ ਮੀਡੀਆ ਵਾਲਿਆਂ ਨੂੰ ਜਿਨ੍ਹਾਂ ਨੇ ਸਾਡੀ ਗਰੀਬ ਦੀ ਆਵਾਜ਼ ਸੁਣੀ ਆ। ਮੇਰਾ ਨਾਮ ਜੋਧਾ ਸਿੰਘ ਆ। ਕੀ ਕੰਮ ਕਰਦੇ ਹੋ? ਮੈਂ ਸ਼ਹਿਰ ਅੰਮ੍ਰਿਤਸਰ ਮਜ਼ਦੂਰੀ ਕਰਦਾ ਹਾਂ ਤੇ ਮੇਰੇ ਘਰ ਦੇ ਵਿੱਚ ਕੋਈ ਹੈ ਨਹੀਂ ਆ ਬੰਦਾ, ਕੋਈ ਬੰਦਾ ਨਹੀਂ ਤੇ ਮੇਰੇ ਡੈਡੀ ਨੂੰ ਆ ਕੇ ਮੇਰੇ ਭੈਣਾਂ ਨੂੰ ਆ ਕੇ ਭਰਜਾਈ ਨੂੰ ਆ ਕੇ ਹੱਥੀ ਪਏ ਆ। ਜਿਹੜਾ ਇਹਨਾਂ ਦਾ ਕੋਈ ਵੀ ਰਾਈਟ ਨਹੀਂ ਬਣਦਾ ਇਹੋ ਜਿਹੇ ਬੰਦਿਆਂ ਦਾ ਵੀ ਜਿਹੜਾ ਆਪ ਤੋਂ ਵੱਡੀ ਉਮਰ ਦੇ ਗੱਲ ਪਵੇ। ਆਪਣੀ ਰਿਪੋਰਟ ਲਿਖਾਈ ਉੱਤੇ ਇਹਨਾਂ ਨੇ ਵੀ ਹਲੇ ਸਾਨੂੰ ਫੋਨ ਤੇ ਫੋਨ ਕਰੀ ਜਾਂਦੇ ਆ ਕੱਲ ਨੂੰ ਆ ਜਾਓ, ਅੱਜ ਤੁਹਾਨੂੰ ਟਾਈਮ ਦਿੱਤਾ, ਕੱਲ ਟਾਈਮ ਦਿੱਤਾ ਹੈ। ਇੱਕ ਭਰਾ ਮੇਰਾ ਆਰਮੀ ਚ ਹੈ, ਦੂਜਾ ਮੈਂ ਮਜ਼ਦੂਰੀ ਕਰਦਾ ਵਾ। ਮਗਰ ਜਦੋਂ ਇਹਨਾਂ ਨੇ ਹੱਥੀ ਪਏ ਆ, ਠੀਕ ਹੈ, ਪਿੰਡਾਂ ਨੇ ਕੋਈ ਨੀ ਛਡਾਇਆ, ਸਾਰਾ ਦੁਨੀਆ ਇੱਥੇ ਇਕੱਠੀ ਹੋ ਕੇ ਤਮਾਸ਼ਾ ਵੇਖ ਰਹੀ ਸੀ। ਇਹਨਾਂ ਨੂੰ ਵੇਖਦੇ ਆ, ਜਿਹੜਾ ਬੰਦਾ ਇੱਥੋਂ ਦਾ ਜਿਹਦਾ ਹੱਡ ਹੈ ਨੀ ਦਾ ਨਾਂ ਸੋਢੀ ਆ, ਉਹਨੇ ਸਭ ਤੋਂ ਜ਼ਿਆਦਾ ਕੰਮ ਖਰਾਬ ਕੀਤਾ ਵਾ। ਉਹਨੇ ਆ ਕੇ ਲੀੜੇ ਵੀ ਕੁੜੀਆਂ ਦੇ ਪਾੜੇ, ਹੱਥੀ ਵੀ ਪਿਆ, ਤੇ ਮੈਨੂੰ ਇਹ ਆ ਵੀ ਪੂਰੀ ਦਾ ਪੂਰੀ ਕਾਰਵਾਈ ਉੱਤੇ ਹੋਵੇ ਤੇ ਮੈਨੂੰ ਮੰਗ ਇਹੋ ਹੀ ਚਾਹੀਦੀ। ਕੀ ਨਾਂ ਕੀ ਉਹ ਬੰਦੇ ਦਾ? ਨਾਂ ਇੱਕ ਦਾ ਨਾਂ ਸੋਢੀ ਆ, ਇੱਕ ਨਾਂ ਕੈਪਟਨ ਵਾ, ਤੇ ਦੋ ਇੱਕ ਬਾਕੀ ਅੰਨ ਪਸਾਤੀ ਉਹ ਲੈ ਕੇ ਆਏ ਆ ਤੇ ਉਹਨਾਂ ਨੇ ਆਪਣਾ ਆ ਕੇ ਪੂਰਾ ਆਪਣਾ ਜਿੰਨਾ ਕੇ ਦਾਦਾਗਿਰੀ ਕੀਤੀ ਆ ਵੀ ਰੋਗ ਆਪਣਾ। ਟੋਟਲ ਕਿੰਨੇ ਬੰਦੇ ਸੀ ਟੋਟਲ? ਮੇਰੇ ਹਿਸਾਬ ਨਾਲ 10 ਬੰਦੇ ਸੀ ਉਹ। 10 ਬੰਦੇ ਸੀ ਤੇ 10 ਤੇ 3 4 ਬੰਦੇ ਸਾਡੇ ਹੀ, ਇੱਕ ਦੋ ਤਿੰਨ ਭੈਣਾਂ ਤੇ ਇੱਕ ਬਾਪੂ ਜੀ। ਮਗਰ ਜਿਵੇਂ ਕੋਈ ਇੱਕ ਮੈਂ ਛੋਟੀ ਗੱਲ ਪੁੱਛਣਾ ਨਾ, ਜਿਵੇਂ ਦੇਖੋ ਜੀ ਇਹਨਾਂ ਦੀ ਕੁੜੀਆਂ ਦੀ ਭਰਜਾਈ ਨੂੰ ਵੀ ਕੁੱਟਿਆ, ਕੱਪੜੇ ਪਾੜੇ, ਉਹਦਾ ਕੀ ਕਸੂਰ ਸੀ ਪਹਿਲਾਂ ਮੈਨੂੰ ਦੱਸੋ, ਉਹਦਾ ਕੀ ਕਸੂਰ ਹੈਗਾ? ਇੰਨਾ ਕਸੂਰ ਹੀ ਕਿ ਆਪਣੇ ਡੈਡੀ ਨੂੰ ਬਚਾਉਣ ਗਈ ਸੀ। ਅੱਛਾ, ਅੱਜ ਕੱਲ੍ਹ ਕੋਈ ਬਚਾਉਣਾ ਵੀ, ਜਿਹੜਾ ਇਹਨਾਂ ਨੇ ਗੁਨਾਹ ਕਰ ਦਿੱਤਾ ਕੁੜੀਆਂ ਨੇ, ਮਤਲਬ ਬਚਾਉਣਾ ਵੀ ਨਹੀਂ ਚਾਹੀਦਾ, ਮਰਨ ਦੇਣਾ ਚਾਹੀਦਾ ਸੀ ਇਹਨੂੰ। ਅੱਛਾ, ਇਹ ਕਿਉਂ ਬੁੱਢੇ ਨੂੰ ਚਾਰੇ ਨੂੰ ਮਰਨ ਦਿੰਦੇ ਤੇ ਚੰਗਾ ਹੋ ਜਾਂਦਾ? ਉਹ ਬਚਾਉਣ ਗਏ ਆ, ਇਹਨਾਂ ਨੇ ਮਗਰੋਂ ਆਪਣਾ ਜੋ ਵੀ ਇਹਨਾਂ ਦਾ ਗੁੱਸਾ ਕੁੜੀਆਂ 'ਤੇ ਕੱਢਿਆ ਪੂਰਾ। ਮਗਰ ਦੇਖੋ ਜੀ, ਚਲੋ ਤੁਹਾਡੀ ਭੈਣਾਂ ਨੂੰ ਵੀ ਇਹਨਾਂ ਨੇ ਕੁੱਟਿਆ, ਉਹਨਾਂ ਦੇ ਕੱਪੜੇ ਪਾਏ, ਉਹਨਾਂ ਦਾ ਵੀ ਕੀ ਕਸੂਰ ਸੀ? ਉਹਨਾਂ ਦਾ ਉਹ ਵਰਗੇ ਆਪਣੇ ਪਿਓ ਨੂੰ ਛਡਾਉਣ ਗਈਆਂ? ਹਾਂਜੀ, ਉਹਨਾਂ ਦਾ ਕਸੂਰ ਕੁਛ ਨਹੀਂ ਹੈਗਾ, ਕਸੂਰ ਉਹਨਾਂ ਦਾ ਇੰਨਾ ਕਿ ਉਹ ਜਿਹੜਾ ਆਪਣੇ ਡੈਡੀ ਨੂੰ ਛਡਾਉਣ ਗਈਆਂ। ਅੱਜ ਕੱਲ੍ਹ ਸਮੇਂ ਦੇ ਵਿੱਚ ਇਹ ਹੋ ਗਿਆ ਵੀ ਛਡਾਉਣਾ ਵੀ, ਇਹਨਾਂ ਨੇ ਝੱਗੇ ਪਾੜ ਕੇ ਵੇਖੋ ਕੀ ਕੁਛ ਕੀਤਾ ਇਹਨਾਂ ਕੁੜੀਆਂ ਦੇ ਨਾਲ। ਮਗਰ ਚਲੋ ਮਾਰਿਆ ਕੁੱਟਿਆ ਵੱਖਰੀ ਗੱਲ ਹੈ, ਮਗਰ ਕੱਪੜੇ ਪਾਉਣੇ ਨਹੀਂ ਚਾਹੀਦੇ? ਵੇਖੋ ਜੀ, ਇੱਕ ਕੁੜੀ ਦਾ ਕੱਪੜੇ ਪਾਉਣੇ, ਵੇਖੋ ਜੀ, ਪੂਰਾ ਪਰਚਾ ਬਣਦਾ ਉਹਨਾਂ ਦੇ। ਇਹਨਾਂ ਨੂੰ ਆ ਕੇ ਆਪਣੇ ਨਾਲ ਗੱਲ ਕਰਨੀ ਚਾਹੀਦੀ ਸੀ, ਜਿਹੜੀ ਗੱਲ ਨਾਲ ਹੋ ਜਾਣੀ ਸੀ ਉਹਦੇ ਨਾਲ ਮਤਲਬ ਕੋਈ ਇਹੋ ਜਿਹਾ ਨਹੀਂ। ਇਹਨਾਂ ਨੇ ਆ ਕੇ ਆਪਣੀ ਦਾਦਾਗਿਰੀ ਪੂਰੀ ਕੀਤੀ ਤੇ ਕੁੜੀਆਂ ਤੇ ਜਿੰਨਾ ਮਾੜਿਆਂ ਜਨਾਨੀਆਂ ਦੇ ਹੱਤਿਆ ਕੀਤੀ ਆ, ਭੈਣਾਂ ਤੇ ਹੱਤਿਆ ਕੀਤੀ, ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਮਗਰ ਕੱਲ੍ਹ ਨੂੰ ਕੁੜੀਆਂ ਵਿਆਹਣੀਆਂ, ਠੀਕ ਹੈ, ਮਗਰ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ, ਤੁਹਾਡੇ ਘਰ ਵਿੱਚ ਹੀ ਆਈ ਹੈ ਤੇ ਇੰਜ ਕਰਨਾ ਚਾਹੀਦਾ ਉਹਨਾਂ ਨੂੰ? ਕੋਈ ਸ਼ਰਮ ਨਹੀਂ ਹੈਗੀ, ਇਹਨਾਂ ਦੀਆਂ ਧੀਆਂ ਵੀ ਜਿੱਦਾਂ ਇਹਨਾਂ ਨੇ ਸਾਡੇ ਨਾਲ ਕੀਤੀ ਇੱਦਾਂ ਹੀ ਇਹਨਾਂ ਨਾਲ ਹੋਊਗੀ।
ਆਪਣੀ ਚਲ ਗਿਆ ਉਧਰੋਂ ਵੀ ਪੁਛ ਪੜਤਾਲ ਕਰਨੀ ਮਾੜੀ ਚੰਗੀ ਤੇ ਇਧਰੋਂ ਵੀ ਕਰ ਨਿਕਲ ਗਿਆ ਤੇ ਗਰੀਬ ਦੀ ਕੋਈ ਨੀ ਜੋ ਸੁਣਦਾ ਤੁਸੀਂ ਉਹਨਾਂ ਨੂੰ ਕਹਿਣੀ ਆ ਕੀ ਕਾਰਵਾਈ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਤੁਸੀਂ ਪੁੱਛਿਆ ਨਹੀਂ ਅਸੀਂ ਉਹਨਾਂ ਨੂੰ ਫੋਨ ਤੇ ਗੱਲ ਕੀਤੀ ਸੀ ਵੀ ਭਾਅ ਜੀ ਕੀ ਕੀਤਾ ਜੋ ਆਂਦੇ ਤੁਹਾਨੂੰ ਅਸੀਂ ਭਾਲ ਲਿਆ ਵਾ 10 ਵਜੇ ਤੱਕ ਆਉਣ ਨੂੰ 10 ਤੋਂ ਫੇਰ ਇਹਨਾਂ ਨੂੰ ਟਾਈਮ ਦੇ ਦਿੱਤਾ 4 ਵਜੇ ਦਾ 4 ਵਜੇ ਹੁਣ 4 ਵਜੇ ਦਾ ਟਾਈਮ ਤੇ ਵੇਨੇ ਕਿੰਨਾ ਟਾਈਮ ਗਾੜੀ ਜੇ ਤੁਹਾਨੂੰ ਇਨਸਾਫ ਨਾ ਮਿਲਿਆ ਤੁਸੀਂ ਕੀ ਕਰੋਗੇ ਫਿਰ ਮੈਂ ਤੇ ਤੇਲ ਪਾ ਕੇ ਮਰ ਜਾਊਂਗਾ ਹੁੰਦੇ ਸਾਹਮਣੇ ਕਿਉਂਕਿ ਜੀਣਾ ਤੇ ਮੇਰਾ ਹੈ ਨਹੀਂ ਆ ਇੱਕ ਮਿੰਟ ਇੱਕ ਤੁਹਾਡੀ ਨੂੰਹ ਵੀ ਹੈਗੀ ਹੈ ਨੂੰਹ ਨੇ ਵੀ ਕੱਪੜੇ ਪਾ ਲਿਆ ਅਤੇ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਪੁੱਤ ਬਾਹਰ ਹੈਗੇ ਅਤੇ ਆ ਕੇ ਹੱਥੀ ਪੈ ਗਏ ਆ ਹਾਂਜੀ ਅਤੇ ਹੁਣ ਤੁਸੀਂ ਥਾਣੇ ਗਏ ਸੀ ਥਾਣੇ ਰਿਪੋਰਟ ਕਰਾਈ ਹਾਂਜੀ ਕਿੱਥੇ ਕਰਾਈ ਰਿਪੋਰਟ ਅਤੇ ਉਹਨਾਂ ਨੇ ਕੀ ਕਾਰਵਾਈ ਗਈ ਕੀਤੀ ਕਿ ਪੁਲਿਸ ਨੇ ਦੁਬਾਰਾ ਤੁਹਾਨੂੰ ਬੁਲਾਇਆ ਨਹੀਂ ਮੁੱਕੇ ਦੁਬਾਰਾ ਮਗਰ ਹੁਣ ਤੁਸੀਂ ਕੀ ਚਾਹੁੰਦੇ ਹੋ ਇਨਸਾਫ ਚਾਹੁੰਦੇ ਹੋ ਅਸੀਂ ਆਪਣਾ ਇਨਸਾਫ ਹੀ ਚਾਹੁੰਦੇ ਹਾਂ ਸਾਡੇ ਬੁਝਾ ਕੇ ਗੱਲ ਕਰਨਗੇ ਜੇ ਮਾਰਨਗੇ ਇਹ ਨਾ ਧੀਆਂ ਜਿਹੜੀਆਂ ਮੈਨੂੰ ਮਾਰ ਦੇ ਰਹੇ ਇਹਨਾਂ ਨੇ ਇਹਨਾਂ ਚਾਚੇ ਵਿੱਚ ਜ਼ਿਆਦਾ ਇਹਨਾਂ ਦੇ ਗਲਤ ਹੈ ਇਹਨਾਂ ਦੇ ਵੀਡੀਓ ਪਾੜੇ ਆ ਇਹਨਾਂ ਦੇ ਝਾਟੇ ਹੋਏ ਆ ਇਹੋ ਹੀ ਮੰਗ ਕਰਦੇ ਕੇਜਰੀਵਾਲ ਕੋ ਵੀ ਸਾਨੂੰ ਸਹੀ ਤੋਂ ਸਹੀ ਮੰਗ ਦਿੱਤੀ ਜਾਵੇ ਇਹ ਇਹ ਜਿਹੜੀ ਆਪਣਾ ਸਰਪੰਚ ਹੈਗਾ ਪਿੰਡ ਦਾ ਇਹਦਾ ਸਹੀ ਨਹੀਂ ਹੈਗਾ ਕੋਈ ਆਪਣੇ ਨਾਲ ਵਖਾਵਾ ਇਹ ਕਿਸੇ ਵੇਲੇ ਵੀ ਸਾਨੂੰ ਮਾਰ ਸਕਦਾ ਹੈ ਸਾਨੂੰ ਸੇਫਟੀ ਚਾਹੀਦੀ ਆ ਸਾਨੂੰ ਕਾਨੂੰਨ ਤੋਂ ਇਹੋ ਚਾਹੀਦੀ ਹੈ ਕਿ ਇਹਨੂੰ ਇਹਨਾਂ ਨੂੰ ਸਜ਼ਾ ਤੋਂ ਸਜ਼ਾ ਦਿੱਤੀ ਜਾਵੇ ਲੰਬੀ ਤੋਂ ਲੰਬੀ ਸਜ਼ਾ ਦਿੱਤੀ ਜਾਵੇ ਠੀਕ ਹੈ ਜੀ ਅੱਜ ਕੋਈ ਕਿੰਨੇ ਦੁਖੀ ਹੋਏ ਬਾਪੂ ਜੀ ਵੀ ਰੋ ਰਹੇ ਨੇ ਅੱਜ ਕੋਈ ਕੁੜੀ ਵੀ ਰੋ ਰਹੀ ਹੈ ਬਕਾਇਦਾ ਦੇਖੋ ਜੀ ਉਹਦੀ ਦੂਜੀ ਕੁੜੀ ਵੀ ਰੋ ਰਹੀ ਹੈ ਬਕਾਇਦਾ ਦੇਖੋ ਜੀ ਮਗਰ ਜੇ ਨੂੰਹ ਨੂੰ ਬੜਾ ਵੀ ਦੁੱਖ ਹੁੰਦਾ ਨੂੰਹ ਨੂੰ ਬੜਾ ਦੁੱਖ ਹੁੰਦਾ ਜੀ ਦੇਖੋ ਨੂੰਹ ਵੀ ਰੋ ਰਹੀ ਹੈ ਦੇਖੋ ਕੀ ਹਾਲਾਤ ਨੇ ਅੱਜ ਕੋ ਸਾਰਾ ਪਰਿਵਾਰ ਰੋ ਰਿਹਾ ਕਿੰਨੀ ਦੁਖੀ ਜੇ ਪੁਲਿਸ ਵਾਲੇ ਕਾਰਵਾਈ ਨਹੀਂ ਕਰ ਸਕਦੇ ਤਾਂ ਕੀ ਕਰਨ ਬੈਠੇ ਆ ਸਰਕਾਰ ਦਾ ਕੰਮ ਹੈ ਕਿ ਉਹਨਾਂ ਦੇ ਪਰਚਾ ਕਰਨਾ ਮਗਰ ਜੇ ਉਹ ਸਰਕਾਰ ਨੂੰ ਸਮਝ ਨਹੀਂ ਲੱਗਦੀ ਅਤੇ ਇਹ ਸਰਕਾਰ ਕਿਹੋ ਜਿਹੀ ਗਈ ਹੈ ਪੁਲਿਸ ਵਾਲੇ ਆ ਕੇ ਬਸ ਬਿਆਨ ਲਿਆ ਕੇ ਨਾ ਕੋਈ ਕਾਰਵਾਈ ਕਰਦੇ ਨਾ ਗ੍ਰਿਫਤਾਰੀ ਕਰਦੇ ਆ ਇਹ ਕਹਿੰਦੇ ਜੇ ਗ੍ਰਿਫਤਾਰੀਆਂ ਨਾ ਹੋਈਆਂ ਅਤੇ ਉਹ ਵਿਚਾਰੀਆਂ ਦੇਖੋ ਜੀ ਇੰਝ ਰੋ ਰੋ ਕੇ ਦੁਖੀ ਹੋ ਜਾਣਗੀਆਂ ਅਤੇ ਉਹਨਾਂ ਦਾ ਕੀ ਕਸੂਰ ਹੈਗਾ ਦੇਖੋ ਜੀ ਇਹ ਉਹਨਾਂ ਦੀ ਮਾਂ ਹੈਗੀ ਕੌਣ ਜੀ ਚਾਚੀ ਹੈਗੀ ਹੈ ਆ ਦੇਖੋ ਚਾਚੀ ਇਹ ਵਿਚਾਰੇ ਕਿੰਨੇ ਦੁਖੀ ਹੈਗੇ ਆ ਸਾਰਾ ਪਰਿਵਾਰ ਦੇਖੋ ਜੀ ਬਾਹਰ ਰਹਿੰਦਾ ਸਿਰਫ ਤਿੰਨ ਕੁੜੀਆਂ ਇੱਕ ਬਾਪੂ ਜੀ ਰਹਿੰਦੇ ਤੇ ਅਤੇ ਹਾਲਾਤ ਆ ਕੇ ਉਹਨਾਂ ਨੇ ਆਹ ਕੀਤੇ ਠੀਕ ਹੈ ਜੀ ਨਾਂ ਕੀ ਜੀ ਸੰਦੀਪ ਕੌਰ ਸੰਦੀਪ ਕੌਰ ਜੀ ਕੀ ਗੱਲ ਹੋਈ ਹੈ ਗੱਲ ਇਹ ਹੋਈ ਹੈ ਕਿ ਦੋ ਚਾਰ ਮੁੰਡੇ ਮੋਟਰਸਾਈਕਲ 'ਤੇ ਆਏ ਆ ਤਿੰਨ ਚਾਰ ਮੋਟਰਸਾਈਕਲ ਲੈ ਕੇ ਆਏ ਆ ਫਿਰ ਮੇਰੇ ਬੂਹਾ ਖੜਕਾਏ ਮੇਰੇ ਪਾਪਾ ਨੇ ਬੂਹਾ ਖੋਲਿਆ ਬੂਹਾ ਖੋਲਦੇ ਸਾਰੀ ਮੇਰੇ ਪਾਪਾ ਨੂੰ ਪੂਰੀ ਗਲੀ ਵਿੱਚ ਲੈ ਗਏ ਆ ਅਸੀਂ ਛਡਾਉਣਗੇ ਸਾਨੂੰ ਵਾਲਾਂ ਤੋਂ ਫੜ ਕੇ ਧੋਇਆ ਗਿਆ ਸਾਰੀ ਗਲੀ ਦੇ ਵਿੱਚ ਮਾਰਿਆ ਗਿਆ ਸਾਨੂੰ ਕੁੱਟਿਆ ਗਿਆ ਸਾਨੂੰ ਸਾਰੇ ਤਿੰਨ ਚਾਰ ਮੋਟਰਸਾਈਕਲ ਮੁੰਡੇ ਆਏ ਸਾਰਿਆਂ ਨੇ ਸਾਡੀ ਨਨਾਣ ਭਰਜਾਈਆਂ ਨਾ ਮੇਰੇ ਡੈਡੀ ਨਾਲ ਬਜ਼ੁਰਗ ਆ ਮੇਰੇ ਡੈਡੀ ਜੀ ਇਹਨਾਂ ਨੂੰ ਕੁੱਟਮਾਰ ਕੀਤੀ ਗਈ ਆ ਸਾਡੇ ਕੱਪੜੇ ਪਾੜੇ ਗਏ ਹੋਏ ਵਾਲਾਂ ਤੋਂ ਧੂ ਧੂ ਕੇ ਸਾਨੂੰ ਸਾਰੇ ਬਾਜ਼ਾਰ ਵਿੱਚ ਕੁੱਟਿਆ ਗਿਆ ਕਿ ਪਿੰਡ ਵਾਲੇ ਆਏ ਨਹੀਂ ਹੈਗੇ ਛਡਾਉਣ ਸਾਨੂੰ ਛਡਾਉਣ ਵਾਲਾ ਨਹੀਂ ਆਇਆ ਕੋਈ ਪਿੰਡ ਵਾਲੇ ਵਿੱਚ ਨਹੀਂ ਆਇਆ ਮਗਰ ਜਦੋਂ ਤੁਹਾਡੇ ਹੱਥੀ ਪਏ ਆ
ਤੇ ਇਹਨਾਂ ਨੂੰ ਪਤਾ ਧੀਆਂ ਨੂੰ ਹੱਥ ਨਹੀਂ ਚੁੱਕੀ ਜਾਂਦਾ, ਉਹਨਾਂ ਨੂੰ ਪਤਾ ਨਹੀਂ ਹੈਗਾ ਸੀ ਇਸ ਗੱਲ ਦਾ ਨਹੀਂ ਪਤਾ ਕਿਹੜੇ ਬੰਦੇ ਸੀ ਉਹਨਾਂ ਨਾਂ ਕੀ ਮਗਰ ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਹੈ? ਹਾਂ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ? ਮਗਰ ਜਿਵੇਂ ਤੁਹਾਡੇ ਕੱਪੜੇ ਪਾਲੇ ਗਏ ਆ ਬਗੈਰਾ ਦੇਖੋ ਜੀ, ਤੁਹਾਡੀ ਭਾਬੀ ਦੇ ਵੀ ਕੱਪੜੇ ਪਾਲੇ ਗਏ, ਤੁਹਾਡੇ ਵੀ ਪਾਲੇ ਗਏ ਆ, ਮਗਰ ਤੁਹਾਡਾ ਕੀ ਕਸੂਰ ਸੀ? ਸਾਡਾ ਕੋਈ ਕਸੂਰ ਨਹੀਂ ਸੀ। ਜੇ ਉਹ ਪਾਪਾ ਜੀ ਤੁਹਾਡੇ ਪੈ ਗਏ ਨੇ, ਹੱਥੀ ਪੈ ਗਏ ਨੇ, ਉਹਨੇ ਅੱਜ ਕੋਈ ਹਥਿਆਰ ਵੀ ਹੈਗੇ ਸੀ? ਉਹਨਾਂ ਕੋਲ ਹਥਿਆਰ ਹੈਗੇ। ਕੀ ਹੈਗਾ ਜੀ, ਦਾਤਰੇ ਜਾਂ ਬੈਸਬੋਲ ਸੀ? ਦਾਤਰੇ। ਮਗਰ ਉਹਨੇ ਤਾਂ ਧਮਕੀ ਵੀ ਲਾਈ। ਹਾਂਜੀ। ਮਗਰ ਤੁਸੀਂ ਸਰਕਾਰ ਕੋਲ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਕਿ ਸਾਡਾ ਇਨਸਾਫ ਕੀਤਾ ਜਾਵੇ, ਧੀਆਂ ਭੈਣਾਂ ਇੱਦਾਂ ਹੋਣ ਡਿਆ, ਕੱਲੀਆਂ ਅਸੀਂ ਘਰ ਦੇ ਵਿੱਚ ਰਹਿੰਦੀਆਂ, ਸਾਡਾ ਡੈਡੀ ਇਕੱਲਾ ਘਰ ਵਾ, ਅਸੀਂ ਤਿੰਨੇ ਨਾਨਾ ਭਰਜਾਈ ਕੱਲੀਆਂ ਰਹਿੰਦੀਆਂ ਵਾ, ਸਾਡੇ ਘਰ ਅਸੀਂ ਸਾਡੇ ਘਰ ਵਿੱਚ ਰਹਿਣਾ ਹਰਾਮ ਵਾ। ਨਹੀਂ ਜੇ ਭਰਾ ਸਾਡਾ ਇਨਸਾਫ ਕੀਤਾ ਜਾਵੇ। ਭਰਾ ਕਿੱਥੇ ਹੈ ਤੁਹਾਡਾ? ਇੱਕ ਆਰਮੀ ਜਾਂ ਇੱਕ ਬਾਹਰ ਸ਼ਹਿਰ 'ਚ ਰਹਿੰਦਾ। ਸ਼ਹਿਰ 'ਚ ਹੈਗਾ, ਠੀਕ ਹੈ, ਪਤਾ ਜੇ ਉਹਨਾਂ ਨੂੰ ਪਤਾ ਲੱਗਦਾ ਤਾਂ ਉਹ ਵਿਚਾਰੇ ਛੱਡ ਕੇ ਕੰਮ ਇੱਥੋਂ ਆ ਜਾਂਦੇ ਉੱਥੋਂ, ਮਗਰ ਉਹਨਾਂ ਨੂੰ ਪਤਾ ਨਹੀਂ ਹੈਗਾ ਸੀ ਕਿ ਬੁੱਢੇ ਬੰਦੇ ਦੇ ਹੱਥ ਚੁੱਕਣਾ ਅਤੇ ਕੁੜੀਆਂ ਦੇ ਹੱਥ ਚੁੱਕਣਾ ਦੇ ਪਰਚਾ ਹੁੰਦਾ। ਵਗੈਰਾ ਵੇਖੋ ਜੀ ਕੀ ਹਾਲਾਤ ਕੀਤੇ ਨੇ, ਇਹੋ ਜਿਹੇ ਬੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੁੰਦੀ। ਹਾਂਜੀ, ਤੁਹਾਡਾ ਨਾਂ ਕੀ ਜੀ? ਤੁਸੀਂ ਕੀ ਲੱਗਦੇ ਹੋ ਜੀ? ਭਰਜਾਈ। ਤੇ ਕੀ ਗੱਲ ਹੋਈ ਸੀ, ਤੁਹਾਨੂੰ ਪਤਾ ਕੋਈ? ਕੱਲ ਕੋਈ ਨੀ ਵੀਰੇ, ਆਏ ਸੀ ਤਿੰਨ ਚਾਰ ਜਣੇ ਬੰਦੇ ਬਾਈਕ ਤੇ ਆਏ ਸੀ, ਪੂਰੀ ਤਿਆਰੀ ਚ ਹੀ ਆਏ ਆਪਣੇ ਵੀ ਆਪਾਂ ਇਹਨਾਂ ਨਾਲ ਲੜਨਾ ਆ, ਹੱਥੋਂ ਫਾਈ ਕਰਨੀ ਆ। ਆਪਾਂ ਇਹਨਾਂ ਨੇ ਚੜ੍ਹ ਗੇਟ ਖੋਲਿਆ, ਆਪਾਂ ਨੂੰ ਨਹੀਂ ਪਤਾ ਵੀ ਉਹ ਆਪਣੇ ਪੂਰੀ ਤੌਰ ਤਰੀਕੇ ਤੇ ਆਏ ਲੜਾਈ ਝਗੜੇ ਦੇ ਤੌਰ ਤੇ। ਆਪਣੇ ਇਹ ਕੋਈ ਗੱਲ ਹੋਏਗੀ, ਆਪਾਂ ਗੇਟ ਖੋਲਤਾ, ਉਹ ਪੈਂਦੇ ਆਣ ਕੇ ਸਾਡੇ ਬਾਪੂ ਦੇ ਹੱਥੀ ਪੈ ਗਏ। ਤੇ ਜਦੋਂ ਬਾਪੂ ਦੇ ਦਿਵੇ ਤੇ ਮਲਿਆ ਨੇ ਕਿਹਨੇ ਛਡਾਇਆ? ਕਿਸੇ ਨੇ ਨਹੀਂ ਛਡਾਇਆ, ਸਾਰੇ ਤਮਾਸ਼ਾ ਵੇਖਣ ਦੇ ਗੇਟ ਚ ਖਲੋ ਕੇ। ਆਪਾਂ ਜੋ ਛਡਾਉਣਗੇ ਸਾਨੂੰ ਅਗਲੇ ਪੈ ਗਏ ਨੇ, ਕੁੱਟ ਮਾਰ ਕੀਤੀ, ਵਾਲ ਪੁੱਟੇ ਗਏ, ਸਾਡੇ ਕੱਪੜੇ ਪਾੜੇ ਗਏ ਨੇ, ਸਾਡੇ ਹੱਥੋਂ ਪਾਈ ਹੋਈ। ਇਹ ਦੱਸੋ ਤੁਸੀਂ ਜਨਾਨੀਆਂ ਦੇ ਹੱਥ ਚੁੱਕਣਾ ਕੋਈ ਕਾਨੂੰਨੀ ਮਨਾ ਹੀ ਨਹੀਂ ਹੈਗੀ, ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਓ। ਇਹ ਕਮੀਜ਼ ਜਿਹੜੀ ਪਾਰਟੀ ਦਿਖਾਓਗੇ? ਹਾਂਜੀ, ਆ ਦੇ ਕੱਪੜੇ ਪਾੜੇ ਗਏ ਨੇ ਸਾਡੇ ਥੋੜੀ ਹੈ। ਆ ਦੇ ਕੋਈ ਵਗੈਰਾ, ਇੱਕ ਨੂੰਹ ਦੇ ਕੱਪੜੇ ਪਾੜੇ ਗਏ ਨੇ ਵਗੈਰਾ, ਉਹਨੂੰ ਮਾਰਿਆ ਕੁੱਟਿਆ ਗਿਆ, ਉਹਦਾ ਕੀ ਕਸੂਰ ਸੀ? ਉਹਦਾ ਘਰ ਵਾਲਾ ਬਾਹਰ ਹੈਗਾ ਸੀ, ਮਗਰ ਉਹਦੇ ਸਹੁਰੇ ਨੂੰ ਚੰਗੀ ਨਾਲ ਕੁੱਟਿਆ ਮਾਰਿਆ ਗਿਆ, ਜੇ ਇਹ ਨਾ ਛਡਾਉਂਦੇ ਤਾਂ ਉਹਨਾਂ ਨੇ ਮਾਰ ਛੱਡਣਾ ਸੀ। ਹਾਂਜੀ, ਤੁਹਾਡਾ ਨਾਂ ਕੀ ਜੀ? ਹਾਂਜੀ, ਸੋਨੀ ਕੌਰ ਜੀ। ਤੁਹਾਡੇ ਕੱਪੜੇ ਪਾਏ ਗਏ ਆ, ਮਗਰ ਤੁਸੀਂ ਕੀ ਕੰਮ ਕਰਦੇ ਪਏ ਸੀ ਘਰ ਦੇ ਅੰਦਰ, ਜਿਹੜੀ ਰੋਟੀ ਰੂਟੀ ਪਕਾ ਰਹੇ? ਤੇ ਤੁਹਾਨੂੰ ਛਡਾਇਆ ਨੀ? ਤੁਹਾਡੀ ਭੈਣਾਂ ਨੇ ਵੀ ਛਡਾਇਆ? ਜਦੋਂ ਬਾਪੂ ਨੂੰ ਨਵੇਂ ਪਾਇਆ ਸੀ, ਜਦੋਂ ਮਾਰਨ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਅੱਗੇ ਹੋ ਕੇ ਪਈਆਂ ਨੀ ਹੈਗੀਆਂ ਉਹਨਾਂ ਨੂੰ? ਅੰਕਲ ਪਈਆਂ ਸੀ, ਆਪਣਾ ਪੂਰਾ ਬਚਾ ਕੀਤਾ, ਪਰ ਉਹ ਜ਼ਿਆਦਾ ਜਾਣੇ ਸੀ, ਉਹਨਾਂ ਨੇ ਜ਼ਿਆਦਾ ਹਮਲਾ ਕੀਤਾ, ਉਹਨਾਂ ਨੇ ਸਾਡੇ ਵਾਲ ਵੀ ਪੁੱਟੇ, ਸਾਡੇ ਕੱਪੜੇ ਵੀ ਪਾੜੇ, ਇੱਕ ਸਾਥ ਸਾਡੀ ਇੱਜ਼ਤ ਨੂੰ ਹੱਥ ਪਿਆ ਪੂਰਾ। ਤੁਸੀਂ ਸਰਕਾਰ ਕੋਲ ਕੀ ਮੰਗ